ਕੈਦੀ ਨੰਬਰ 804 ਹੋਇਆ। ਕੀ ਹੋਇਆ ਜੇ ਮੈਂ ਕੈਦੀ ਹੋਇਆ ਤੇ ਮੈਂ ਸਦਾ ਨੀ ਰਹਿਣਾ ਕੈਦੀ, ਇੱਕ ਦਿਨ ਮੌਲਾ ਕਰਮ ਕਮਾਣਾ ਤੇ ਮੈਂ ਆ ਕੌਮ ਵਿੱਚ ਬੈਣਾ। ਨਾ ਜਾਣੇ ਦਿਲ ਆਇਆ ਇੱਕ ਪ੍ਰੇਮ ਦਾ ਪਿਆਲਾ ਪੀਆ, ਮੈਂ ਪੀਆਇਆ ਜਾ ਪੀਆਇਆ ਜਾ ਪ੍ਰੇਮ ਦਾ ਪਿਆਲਾ ਪੀਆ। ਮਿੱਟੀ ਦੇ ਨਾਲ ਮਿੱਟੀ ਹੋ ਜਾ, ਮਿੱਟੀ ਕੋ ਕੀ ਲੈਣਾ ਆਖਰ, ਮਿੱਟੀਓ ਮਿੱਟੀ ਹੋ ਕੇ ਮਿੱਟੀ ਦੇ ਅੰਦਰ ਜਾ। ਆਪਣੀ ਜ਼ਿੰਦਗੀ ਦਾ ਮਜ਼ਾ ਝੁੱਗੀਆਂ 'ਚ ਲਈਦਾ ਵਾ, ਨਾਲ ਮੌਸੀਕੀ ਕਰੀਦੀ ਹੈ, ਨਾਲ ਥੋੜ੍ਹੀ ਮਜ਼ਦੂਰੀ ਹੈ, ਕਰ ਕੁਰ ਕੇ ਤੇ ਬਸ ਹੋ ਜਾਈਦਾ। 1000-1500 ਦਿਹਾੜੀ ਲੱਗ ਜਾਂਦੀ, ਕੋਈ 200-400 ਇਹਨੂੰ ਪਾ ਦੇਗਾ, ਬਾਕੀ ਆਪਦਾ ਖਰਚਾ ਮਰਚਾ ਬਣ ਜਾਂਦਾ। ਹੁਕਾ ਪੈ ਕਰਨ ਵਕਾਲਤਾ ਔਰ ਸਭ ਨੂੰ ਮਿਲਣ ਜ਼ਲਾਲਤਾ, ਉੱਥੇ ਫਿਰ ਇਨਸਾਫ ਨਹੀਂ ਹੁੰਦਾ, ਦਿਲ ਦਾ ਸ਼ੀਸ਼ਾ ਸਾਫ ਨਹੀਂ ਹੁੰਦਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਆਪ ਦੇਖ ਰਹੇ ਹੋ ਏਕ ਨਿਊਜ਼ ਔਰ ਮੈਂ ਹੂੰ ਬਿਲਾਲ ਜ਼ਫਰ। ਨਾਜ਼ਰੀਨ, ਗੁਜ਼ਸ਼ਤਾ 2 ਰੋਜ਼ ਪਹਿਲੇ ਇੱਕ ਭੰਗੀ ਜੋ ਹੈ ਵੋ ਵਾਇਰਲ ਹੋਤਾ ਹੈ, ਜੋ ਕਿ ਬਹੁਤ ਅੱਛੀ ਸਿੰਗਿੰਗ ਕਰ ਰਹਾ ਹੋਤਾ ਹੈ, ਤੋ ਆਜ ਮੈਂ ਉਸਕੋ ਢੂੰਢਤਾ ਹੁਆ ਪਹੁੰਚ ਗਿਆ ਹੂੰ, ਤੋ ਉਸਕੀ ਜੁੱਗੀ ਕੇ ਪਾਸ ਮੈਂ ਪਹੁੰਚਾ ਹੂੰ, ਤੋ ਆਪਕੋ ਮੈਂ ਦਿਖਾਤਾ ਹੂੰ ਕਿ ਯੇ ਕਿਆ ਕਾਮ ਕਰਤਾ ਹੈ, ਔਰ ਇਸਕੀ ਆਵਾਜ਼ ਮੈਂ ਆਪਕੋ ਸੌਂਗ ਵੀ ਸੁਣਾਤੇ ਹੈ ਕਿ ਇਸ ਬੰਦੇ ਕੀ ਇਤਨੀ ਸੁਰੀਲੀ ਆਵਾਜ਼ ਜੋ ਥੀ ਵੋ ਕਿਸ ਤਰ੍ਹਾਂ ਯੇ ਇਤਨਾ ਸ਼ੌਕ ਪੈਦਾ ਹੋ ਗਿਆ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ। ਯੇ ਕਿਆ ਕਰ ਰਹੇ ਭਾਈ ਜਾਨ? ਭਾਈ ਮਜ਼ਦੂਰੀ ਦਾ ਟਾਈਮ ਹੈ, ਸਮਾਨ ਸਮੂਨ ਲੈ ਕੇ ਜਾਵਾਂਗੇ, ਵੇਚਾਂਗੇ। ਤੋ ਕਿਆ ਕਾਮ ਕਿਆ ਕਰਦੇ ਹੈਂ? ਯੇ ਬਰਤਨ ਵੇਚਦੇ ਹੈਂ? ਭਾਂਡੇ ਵੇਚੀਦੇ ਨੇ ਜਨਾਬ, ਤੇ ਕੋਈ ਥੋੜਾ ਕਬਾੜ ਦਾ ਕੰਮ ਕਰੀਦਾ, ਤੇ ਨਾਲ ਸੂਫੀਆਂ ਨਾਲ ਕਲਾਮ ਪੜ੍ਹ ਲਈਦਾ। ਤੋ ਅੱਜ ਭੰਗ ਨਹੀਂ ਪੀ ਆਪਨੇ? ਉਹ ਕਦੇ ਕਦੇ ਜ਼ਰਾ ਮਾਹੌਲ ਬਣਦਾ ਵਾ, ਰੋਜ਼ ਫਿਰ ਕੰਮ ਨਹੀਂ ਹੁੰਦਾ। ਤੋ ਮੈਂ ਤੋ ਦੇਖਾ ਗਿਆ ਭੰਗ ਪੀ ਕੇ ਸਿੰਗਿੰਗ ਕਰ ਰਹੇ ਹੈਂ। ਉਹ ਹੁਣ ਜੇ ਤੁਸੀਂ ਕਹਿੰਦੇ ਹੋ ਤਾਂ ਘੋਟਾ ਲਾ ਲੈਂਦੇ ਹਾਂ, ਘੋਟਾ ਲਾ ਲੈਣ, ਲੇਕਿਨ ਇਹ ਕਿ ਕੰਮ ਟਾਈਮ ਕੋਸ਼ਿਸ਼ ਕਰੀਦੀ ਹੈ ਕਿ ਕੰਮ ਹੀ ਤਵੱਜੋ ਕੰਮ ਵਾਲ ਰਹੇ। ਪੂਰਾ ਨਾਮ ਕਿਆ ਲੈਂਦੇ ਹੈਂ ਆਪਣਾ? ਮੇਰਾ ਨਾਮ ਮਹਿਮੂਦ ਸ਼ੇਖ ਨਾਮ ਹੈ। ਮਹਿਮੂਦ ਕੀ ਨਾਜ਼ਰੀਨ, ਇਹ ਖੂਬਸੂਰਤ ਆਵਾਜ਼, ਔਰ ਇਸ ਜੁੱਗੀ ਮੇਂ ਜੋ ਹੈ ਮਹਿਮੂਦ ਰਹਤਾ ਹੈ ਔਰ ਯੇ ਬਰਤਨੋਂ ਕਾ ਕਾਰੋਬਾਰ ਕਰਤਾ ਹੈ। ਮਹਿਮੂਦ, ਅਗਰ ਆਪਕੀ ਇਜਾਜ਼ਤ ਹੋ ਤੋ ਹਮਾਰੇ ਪਾਸ ਆਪ ਬੈਠ ਸਕਤੇ ਹੈਂ? ਹਮਾਰੇ ਪਾਸ ਬੈਠੇ ਹੋ, ਜ਼ਰਾ ਹਮੇਂ ਕੋਈ ਸਿੰਗਿੰਗ ਹੀ ਸੁਣਾ ਦੇ ਥੋੜ੍ਹੀ ਸੀ ਆ ਜਾ ਕੇ। ਤਾਂ ਸੁਲੀਲੀ ਆਵਾਜ਼ ਔਰ ਬੜੇ ਬੜੇ ਐਸੇ ਗਾਣੇ ਜੋ ਕਿ ਆਪਨੇ ਹਾਲੀਵੁੱਡ ਬਾਲੀਵੁੱਡ ਪਰ ਸੁਨੇ ਹੋਗੇ, ਲੇਕਿਨ ਮਹਿਮੂਦ ਯਹਾਂ ਪੇ ਆਪਣੇ ਜੁੱਗੀ ਕੇ ਬਾਹਰ ਬੈਠਾ ਆਪਣੇ ਦੋਸਤੋਂ ਕੇ ਸਾਥ ਜੋ ਹੈ ਵੋ ਸਿੰਗਿੰਗ ਕਰਤਾ ਰਹਤਾ ਹੈ। ਤੋ ਮੈਂ ਅੱਜ ਇਨਕੋ ਢੂੰਢ ਰਹਾ ਥਾ ਔਰ ਮੈਂ ਯਹਾਂ ਪੇ ਪਹੁੰਚ ਗਿਆ। ਅੱਛਾ ਜੀ, ਕਿਆ ਗਾ ਰਹੇ ਹੈਂ? ਸਾਲ ਸਮੇਂ ਦੀਆਂ ਕਾਲੀਆਂ ਰਾਤਾਂ ਯਾਦ ਕਰੇਂਗੀ ਬੀਤੀਆਂ ਬਾਤਾਂ, ਅੱਖੀਆਂ ਰੋਣ ਗਈਆਂ ਨੇ ਬਰਸਾਤਾਂ, ਹੋ ਅੱਖੀਆਂ ਲੋਣ ਗਈਆਂ ਨੇ ਬਰਸਾਤਾਂ, ਫਿਰ ਮੈਂ ਤੈਨੂੰ ਯਾਦ ਆਵਾਂਗਾ। ਨਾ ਜਾਣੇ ਦਿਲ ਵਿੱਚ ਕੀ ਆਇਆ ਇੱਕ ਪ੍ਰੇਮ ਦਾ ਪਿਆਲਾ ਪੀਆ, ਮੈਂ ਪੀਆਇਆ ਜਾ ਪੀਆਇਆ ਜਾ ਪ੍ਰੇਮ
ਤੁਸੀਂ ਇਹ ਨਾ ਸਮਝਣਾ ਕਿ ਮੈਂ ਭੰਗ ਪੀ ਕੇ ਅਤੇ ਫਿਰ ਹੀ ਚੰਗਾ, ਐਸੀ ਗੱਲ ਨਹੀਂ। ਇਹ ਭੰਗ ਤਾਂ ਇੱਕ ਐਵੇਂ ਸਾਡਾ ਮਜ਼ਾ ਹੀ ਹੈਗਾ, ਲੇਕਿਨ ਅਸਲ ਕੰਮ ਜਿਹੜਾ ਨਾ ਜੀ, ਉਹ ਜਦੋਂ ਤੁਸੀਂ ਦਿਲੋਂ ਅਤੇ ਨੀਅਤ ਨਾਲ ਕਹਿੰਦੇ ਹੋ ਤਾਂ ਆਪੇ ਹੋ ਜਾਂਦਾ। ਇੱਕ ਸ਼ੇਰ ਮੈਂ ਤੁਹਾਨੂੰ ਹੋਰ ਕਹਿ ਰਿਹਾ, ਇੱਕ ਦਰਦ ਉਠੀਂਦਾ ਹਰ ਵੇਲੇ ਇਸ ਜਿਗਰ ਦੇ ਐਨ ਕਰੀਬੇ, ਦਰਦ ਅਜੀਬੇ ਸਾਨੂੰ ਲੁੱਟਿਆ ਸਜਣਾ ਨੇ, ਸਾਨੂੰ ਲੁੱਟਿਆ ਸਜਣਾ ਨੇ, ਅਤੇ ਜਾਣ ਕੇ ਮਹਿਜ਼ ਗਰੀਬੇ, ਦਰਦ ਅਜੀਬੇ ਇਸ ਦਰਦ ਦੇ ਮੂੰਹੋਂ ਮੋੜ ਮੁਹਾਰਾ, ਇਸ ਦਰਦ ਦੇ ਮੂੰਹੋਂ ਮੋੜ ਮੁਹਾਰਾ, ਅਤੇ ਯਾਰ ਫਰੀਦ ਦੀ ਮੌਤ ਕਰੀਬੇ, ਦਰਦ ਅਜੀਬੇ ਮਿੱਟੀ ਤੇਰੀ ਜ਼ਿੰਦਗੀ ਬੰਦਿਆ ਮਿੱਟੀ ਮੌਤ ਦਾ ਗਹਿਣਾ, ਮਿੱਟੀ ਤੋਂ ਅਨਮੋਲ ਏ ਭਾਵੇਂ ਮਿੱਟੀ ਮੋਲ ਨਾ ਪੈਣਾ, ਮਿੱਟੀ ਦੇ ਨਾਲ ਮਿੱਟੀ ਹੋ ਜਾ ਮਿੱਟੀ ਕੋ ਕੀ ਲੈਣਾ, ਆਖਰ ਮਿੱਟੀਓ ਮਿੱਟੀ ਹੋ ਕੇ ਮਿੱਟੀ ਦੇ ਅੰਦਰ ਜਾਣ, ਨਾ ਜਾਣੇ ਦਿਲ ਵਿੱਚ ਕੀ ਆਇਆ ਇੱਕ ਪ੍ਰੇਮ ਦਾ ਪਿਆਲਾ ਪੀ ਆਇਆ, ਮੈਂ ਪੀ ਆਇਆ ਜਾ ਪੀ ਆਇਆ ਜਾ ਪ੍ਰੇਮ ਦਾ ਪਿਆਲਾ ਪੀ ਆਇਆ। ਕਿਆ ਬਾਤ ਹੈ ਮਹਿਮੂਦ, ਮੁਝੇ ਯੇ ਬਤਾਓ ਕਿ ਸਿੰਗਿੰਗ ਕਾ ਸ਼ੌਕ ਕਹਾਂ ਸੇ ਪੈਦਾ ਹੁਆ ਔਰ ਪਾਕਿਸਤਾਨ ਮੇਂ ਇਤਨਾ ਜ਼ਿਆਦਾ ਟੈਲੈਂਟ ਹੈ, ਆਪ ਪੇ ਕਭੀ ਕਿਸੀ ਕੀ ਨਜ਼ਰ ਨਹੀਂ ਪੜੀ? ਗੱਲ ਹੈ ਕਿ ਦੇਖੋ ਆਪਣੇ ਮਜ਼ੇ 'ਚ ਰਹੀਦਾ, ਸੁਖਵਿੰਦਰ ਭਾਜੀ ਸਾਡੇ ਫੇਵਰੇਟ ਹੈਗੇ ਨੇ, ਅਸੀਂ ਉਹਨਾਂ ਨੂੰ ਉਸਤਾਦ ਮੰਨਿਆ, ਉਹਨਾਂ ਨੂੰ ਸੁਣ ਸੁਣ ਕੇ ਦੋ ਚਾਰ ਗੱਲਾਂ ਕਹਿ ਲਈਦੀਆਂ। ਬਾਕੀ ਤੁਹਾਡੀ ਨਜ਼ਰ ਪਈ ਹੈ, ਤੁਸੀਂ ਆਏ ਹੋ ਤੇ ਤੁਹਾਡਾ ਸ਼ੁਕਰੀਆ, ਮੁਹੱਬਤ ਹੈ। ਅੱਛਾ ਤੇ ਝੁੱਗੀ 'ਚ ਕਿੰਨੇ ਅਰਸੇ ਤੋਂ ਰਹਿ ਰਹੇ ਹੋ, ਕੀ ਸਾਰਾ ਸੀਨ ਹੈ, ਤੁਹਾਡਾ ਪੱਸੇ ਮੰਦਰ ਕੀ ਹੈ? ਝੁੱਗੀ 'ਚ ਮੈਂ ਰਹਿਣਾ ਨਹੀਂ ਸਾਂ, ਲੇਕਿਨ ਨਾ ਕੁਛ ਮਾਮਲਾਤ ਐਸੇ ਹੋ ਗਏ, ਬੜੀ ਸਾਡੀ ਜ਼ਮੀਨਾਂ ਘਰ ਵੀ ਸੀ, ਲੇਕਿਨ ਇਹ ਜ਼ਮੀਨ 27 ਕਿੱਲੇ ਹੈਗੀ ਆ, ਉਹਦਾ ਰੌਲਾ ਐਸਾ ਪਿਆ, ਦਾਦਾ ਲੜਦਾ ਮਰ ਗਿਆ, ਪਿਓ ਲੜਦਾ ਮਰ ਗਿਆ, ਹੁਣ ਮੈਂ ਕਿਹਾ ਅਸੀਂ ਨਾ ਹੀ ਲੜੀਏ, ਉਹ ਕੌਣੀ ਲੱਭਣੀ, ਸਾਰਿਆਂ ਨੂੰ ਪਤਾ ਵਾ ਸਾਡੇ ਨਾਮ ਆ ਜ਼ਮੀਨ, ਲੇਕਿਨ ਕੀ ਕਰੀਏ, ਹੁਣ ਅਸੀਂ ਮਰਨੋ ਤਾਂ ਰਹਿ ਸਕਦੇ, ਫਿਰ ਇਹੀ ਆਖਰ ਇੱਥੇ ਹੀ ਜਾਣਾ, ਮਿੱਟੀ ਮਾਰਫਤ ਦੀ ਗੱਲ ਆਵੇ ਕਿ ਸਾਈਡ ਕਿਨਾਰਾ ਅਖਤਿਆਰ ਕਰ, ਕਿਨਾਰਾ ਅਖਤਿਆਰ ਕਰ ਲਿਆ, ਆਪਣੀ ਜ਼ਿੰਦਗੀ ਦਾ ਮਜ਼ਾ ਝੁੱਗੀਆਂ 'ਚ ਲਈਦਾ ਵਾ, ਨਾਲ ਮੁਸੀਕੀ ਕਰੀਦੀ ਹੈ, ਨਾਲ ਥੋੜ੍ਹੀ ਮਜ਼ਦੂਰੀ ਹੈ, ਕਰ ਕੁਰ ਕੇ ਤਾਂ ਬਸ ਹੋ ਜਾਈਦਾ। ਅਤੇ ਕਿੰਨੇ ਬੱਚੇ ਆਪਣੀ ਸ਼ਾਦੀ ਹੋਈ ਹੈ? ਵਿਆਹ ਹੋਏ ਨੇ ਮਾਸ਼ਾਅੱਲਾ, ਦੋ ਮੇਰੇ ਵਿਆਹ ਨੇ, ਸੱਤ ਵਿਆਹ ਵੀ ਕਰ ਲਏ ਨੇ, ਸੱਤ ਬੱਚੇ ਨੇ ਮਾਸ਼ਾਅੱਲਾ। ਅੱਛਾ ਭਾਅ ਜੀ ਝੂਠ ਕਿਉਂ ਬੋਲਣਾ, ਅੱਲਾ ਨੇ ਦਿੱਤਾ, ਇਹ ਅੱਲਾ ਦੀ ਮਿਹਰਬਾਨੀ ਹੈ ਗੱਲ। ਅਤੇ ਕੀ ਇਸ ਗਮ ਦੇ ਵਿੱਚ ਜਿਹੜਾ ਉਹ ਸ਼ਾਇਰੀ ਸ਼ੁਰੂ ਕਰ ਦਿੱਤੀ ਹੈ ਔਰ ਸਿੰਗਿੰਗ ਸ਼ੁਰੂ ਕਰ ਦਿੱਤੀ ਹੈ ਕਿ ਜੋ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੀ ਜ਼ਮੀਨ ਨੂੰ ਨੱਪ ਲਿਆ? ਨਹੀਂ ਰਿਸ਼ਤੇਦਾਰ ਨਹੀਂ ਹੈਗੇ, ਰਿਸ਼ਤੇਦਾਰ ਹੁੰਦੇ ਕੋਈ ਗੱਲ ਨਹੀਂ, ਗੈਰਾਂ ਨੇ ਕਬਜ਼ਾ ਕਰ ਲਿਆ, ਉਹ ਗੈਰ ਹੈਗੇ ਨੇ। ਦੇਖੋ ਸਾਡੇ ਹੁਕਮਰਾਨਾਂ ਦਾ ਅਤੇ ਬਾਦਸ਼ਾਹਾਂ ਦਾ ਇਹ ਨਿਜ਼ਾਮ ਆ ਕਿ ਉਹ ਕਿਸੇ ਪਾਸੇ ਨਹੀਂ, ਇੱਕ ਚੀਜ਼ ਤੁਹਾਡੇ ਨਾਮ ਆ, ਤੁਸੀਂ ਮਾਲਕ ਹੋ, ਤੁਸੀਂ ਵਾਹੁੰਦੇ ਰਹੇ ਹੋ, ਵੱਡੇ ਬੰਦੇ ਨੇ ਆ ਕੇ ਕਬਜ਼ਾ ਕਰ ਲਿਆ, ਅਸੀਂ ਹੁਣ ਥਾਣੇ ਕਚਹਿਰੀ ਗਏ, ਹਰ ਚੀਜ਼ ਸਾਡੇ ਹੱਕ 'ਚ ਆ,
ਲੇਕਿਨ ਕਬਜ਼ਾ ਲੈਣ ਲਈ ਫਿਰ ਸਾਨੂੰ 8-10 ਲੱਖ ਰੁਪਏ ਚਾਹੀਦਾ। ਅਸੀਂ ਹੁਣ ਕਿੱਥੋਂ ਦਈਏ, ਆਪਣੀ ਰੋਟੀ ਕਮਾਈਏ, ਬੱਚਿਆਂ ਨੂੰ ਖਵਾਈਏ 8-10 ਲੱਖ? ਯਾਰ ਇਹ ਤਾਂ ਇਨਸਾਫ ਦਾ ਨਾਮ ਦੀ ਹੈ ਹੀ ਕੋਈ ਸ਼ੈ ਨਹੀਂ। ਅਤੇ ਫਿਰ ਇਹੀ ਸੋਚਿਆ ਕਿ ਯਾਰ ਜ਼ਿੰਦਗੀ ਜਿਹੜੀ ਨਾ, 2 ਵਕਤ ਦੀ ਰੋਟੀ ਖਾ ਕੇ ਸੌਂਓ, ਉਹ ਜ਼ਿੰਦਗੀ ਨਾਲੋਂ ਬਿਹਤਰ ਆ ਜਿਹੜੀ ਕਰੋੜੋਂ ਰੁਪਇਆ ਦੀ ਮਾਲੀਅਤ ਵੀ ਹੋਵੇ ਲੇਕਿਨ ਬੰਦਾ ਪਰੇਸ਼ਾਨੀ ਦੀ ਹਾਲਤ 'ਚ ਰਹੇ। ਇਹ ਇਸ ਜ਼ਿੰਦਗੀ 'ਚ ਕੋਈ ਟੈਨਸ਼ਨ ਨਹੀਂ ਹੈਗੀ, ਪਰੇਸ਼ਾਨੀ ਨਹੀਂ ਹੈ, ਖਾ ਪੀ ਕੇ ਅਤੇ ਬੂਟੀ ਪੀ ਕੇ ਅਤੇ ਸੌ ਜਾਂਦਾ। ਅਤੇ ਬਰਤਨ ਵੇਚ ਕੇ ਕਿੰਨੀ ਕੁ ਦਿਹਾੜੀ ਲੱਗ ਜਾਂਦੀ ਹੈ ਰੋਜ਼ ਦੀ? ਬੜੀ ਦਿਹਾੜੀ। ਕਿਉਂ ਚਾਚਾ ਦੱਸ, ਇਹ ਮੇਰਾ ਭਾਈਵਾਲ। ਕਿਉਂ ਚਾਚਾ ਕਿੰਨੀ ਦਿਹਾੜੀ ਲੱਗਦੀ ਰੋਜ਼? 1000-1500 ਦਿਹਾੜੀ ਲੱਗ ਜਾਂਦੀ, ਕੋਈ 2-400 ਇਹਨੂੰ ਪਾ ਦੇਗਾ, ਬਾਕੀ ਆਪਦਾ ਖਰਚਾ ਮਰਚਾ ਬਣ ਜਾਂਦਾ। ਹਾਂਜੀ। ਅੱਛਾ ਚਲੋ, ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦਿੰਦਾ, ਮੈਨੂੰ ਉਹਦੇ 'ਤੇ ਸੌਂਗ ਸੁਣਾ ਸਕਦੇ ਹੋ, ਕੋਈ ਕਲਾਮ ਸੁਣਾ ਸਕਦੇ ਹੋ। ਜੇ ਤੁਹਾਡੇ ਸਾਹਮਣੇ ਅਚਾਨਕ ਮਰੀਅਮ ਨਵਾਜ਼ ਆ ਜਾਂਦੀ ਹੈ ਅਤੇ ਤੁਸੀਂ ਆਪਣੇ ਦਿਲ ਦਾ ਇਜ਼ਹਾਰ ਕਰਨਾ ਕਿ ਮੇਰੀ ਜਗ੍ਹਾ 'ਤੇ ਕਬਜ਼ਾ ਹੋ ਗਿਆ ਜਾਂ ਮੇਰੀ ਜਗ੍ਹਾ ਨੱਪੀ ਗਈ ਹੈ, ਤਾਂ ਕੀ ਸੁਣਾਓਗੇ ਉਹਨੂੰ? ਮੰਗਤੇ ਕਰਨ ਹਕੂਮਤਾ, ਮੰਗਤੇ ਕਰਨ ਹਕੂਮਤਾ, ਅਰੇ ਮੰਗਤੇ ਕਰਨ ਹਕੂਮਤਾ, ਠੱਗ ਹੋ ਗਏ ਨਵਾਜ਼ੀ, ਠੱਗ ਹੋ ਗਏ ਨਵਾਜ਼ੀ, ਉਹ ਜਿੱਥੇ ਹੋਣ ਜਹਾਲਤਾ, ਉਹ ਜਿੱਥੇ ਹੋਣ ਜਹਾਲਤਾ, ਬਗਲੇ ਲਾਉਣ ਅਦਾਲਤਾ, ਕਰਨ ਵਕਾਲਤਾ, ਔਰ ਸਭ ਨੂੰ ਮਿਲਣ ਜ਼ਲਾਲਤਾ, ਉੱਥੇ ਫਿਰ ਇਨਸਾਫ ਨਹੀਂ ਹੁੰਦਾ, ਦਿਲ ਦਾ ਸ਼ੀਸ਼ਾ ਸਾਫ ਨਹੀਂ ਹੁੰਦਾ। ਮਰੀਅਮ ਨਵਾਜ਼ ਵਾਸਤੇ ਆ ਇਹ ਖਾਸ ਸ਼ੇਰ। ਗੰਜੇ ਕਰਨ ਕੰਗੀਆਂ, ਇਹ ਮਾਰਫਤ ਦਾ ਸ਼ੇਰ ਆ, ਬੁਰਾ ਨਹੀਂ। ਨਵਾਜ਼ ਦੇ ਪੂਰੇ ਵਾਲ ਨੇ। ਨਹੀਂ ਨਹੀਂ, ਮੈਂ ਉਹ ਸਾਡੇ ਵਾਸਤੇ ਕਾਬਲੇ ਇੱਜ਼ਤ ਆ, ਸਾਡੀ ਭੈਣ ਆ, ਸਾਡੀ ਆਪੀ ਆ, ਉਹ ਸਾਡੀ CM ਆ। ਅਸੀਂ ਆਪਣੇ ਦੁੱਖ ਦਾ ਇਜ਼ਹਾਰ ਆਪਣੀ ਜ਼ੁਬਾਨ 'ਚ ਆਪਣੀ CM ਨੂੰ ਕਰ ਸਕਦੇ ਹਾਂ। ਇਹ ਮੈਂ ਆਪਣੇ ਦੁੱਖ ਦਾ ਇਜ਼ਹਾਰ ਕਰ ਰਿਹਾ, ਠੀਕ ਹੈ। ਹੋ ਗੰਜੇ ਕਰਨ ਕੰਗੀਆਂ, ਥੱਥੇ ਸੁਣਾ ਵਣ ਹੀਰ, ਥੱਥੇ ਸੁਣਾ ਵਣ ਹੀਰ। ਇੱਥੇ ਦੇਖੋ ਨਾ, ਲਾਹੌਰ ਦਾ ਪਾਵਾ ਅਤੇ ਚਾਹਤ ਫਤਿਹ ਅਲੀ ਖਾਂ, ਇਹ ਹਿੱਟ ਹੋ ਗਿਆ। ਅਸੀਂ 10-10 ਸਾਲਾਂ ਤੋਂ ਗਾਣੇ ਪਏ ਹਾਂ ਅਤੇ ਸਾਡਾ ਕਿ ਕਿਉਂ ਨਾਮ ਨਹੀਂ ਆ? ਇਸ ਵਾਸਤੇ ਮੈਂ ਕਹਿ ਰਿਹਾ, ਗੰਜੇ ਕਰਨ ਹਕੂਮਤ ਕੰਗੀਆਂ, ਥੱਥੇ ਸੁਣਾ ਵਣ ਹੀਰ, ਉਹ ਜਿੱਥੇ ਹੋਣ ਜਹਾਲਤਾਂ, ਬਗਲੇ ਲਾਉਣ ਅਦਾਲਤਾਂ। ਅੱਛਾ ਜੀ, ਚਲੋ ਆਖਿਰ ਦੇ ਵਿੱਚ ਮੈਨੂੰ ਇਹ ਦੱਸ ਦਿਓ, ਕੈਦੀ ਨੰਬਰ 804 ਇਮਰਾਨ ਖਾਨ ਤੁਹਾਡੇ ਸਾਹਮਣੇ ਆ ਜਾਂਦਾ, ਉਹਨੂੰ ਪਤਾ ਨਹੀਂ ਤੁਸੀਂ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ, ਅਤੇ ਸਭ ਤੋਂ ਪਹਿਲੀ ਗੱਲ ਕਿਹੜੀ ਹੋਏਗੀ ਜਿਹੜੇ ਆਪਣੇ ਅੰਦਾਜ਼ ਵਿੱਚ ਤੁਸੀਂ ਉਹਨੂੰ ਕਹਿਣਾ ਚਾਹੋਗੇ? ਇਮਰਾਨ ਖਾਨ ਸਾਹਿਬ ਨੇ 2 ਕੰਮ ਬੜੇ ਅੱਛੇ ਕੀਤੇ ਨੇ। ਕਹਿੰਦੇ ਨੇ ਕਿਸੇ ਦੇ ਬੰਦੇ ਦੇ ਚੰਗੇ ਕੰਮ ਨੂੰ ਦੱਸੋ, ਮੰਦੇ ਉਹਨੇ 50 ਕੀਤੇ। ਇੱਕ ਉਹਨੇ ਸਿਹਤ ਕਾਰਡ ਚੰਗਾ ਬਣਾਇਆ ਸੀ, ਮੇਰੇ ਬਾਪ ਦਾ ਇਲਾਜ ਉਹਦੇ 'ਤੇ ਹੋਇਆ। ਮੈਂ ਉਹਦਾ ਇਸ ਗੱਲੋਂ ਸ਼ੁਕਰ ਅਦਾ ਕਰਦਾ, ਪਹਿਲੇ ਰੱਬ ਦਾ, ਉਸ ਤੋਂ ਬਾਅਦ ਇਮਰਾਨ ਖਾਨ ਦੀ ਇਸ ਤਰੀਕੇਕਾਰ ਦਾ। ਦੂਜਾ ਜਿਹੜਾ ਉਹਨੇ ਕੰਮ ਕੀਤਾ ਸੀ, ਮੈਂ BA ਪਾਸ ਹਾਂ। ਹਾਂਜੀ ਹਾਂਜੀ, ਅਲਹਮਦੁਲਿਲਾ 4 ਵਾਰੀ ਫੇਲ ਹੋਇਆ ਸੀ, ਲੇਕਿਨ 5 ਵਾਰੀ ਪਾਸ ਹੋ ਗਏ, ਜੈਨੂਇਨ ਹੋਇਆ, ਜਾਲੀ ਡਿਗਰੀ ਨਹੀਂ ਹੋ। ਅਤੇ ਦੂਜਾ ਉਹਨੇ ਕੰਮ ਕੀਤਾ ਸੀ ਇਹ ਜਿਹੜਾ ਸਿਟੀਜ਼ਨ ਵਾਲਾ ਪੋਰਟਲ, ਸਿਟੀਜ਼ਨ ਪੋਰਟਲ, ਇਹ 2 ਕੰਮ ਚੰਗੇ ਕੀਤੇ ਸੀ।
ਇਸ ਦੋ ਕੰਮ ਵੱਲ ਨਾਲੋਂ ਮੈਂ ਐਪਰੀਸ਼ੀਏਟ ਕਰਨਾ। ਮੇਰਾ ਸਵਾਲ ਉੱਥੇ ਜੇ ਤੁਹਾਡੇ ਸਾਹਮਣੇ ਆ ਜਾਏ ਤਾਂ ਕੀ ਇਜ਼ਹਾਰ ਕਰੋਗੇ? ਮੈਂ ਕਹਾਂਗਾ ਕਿ ਮੈਡਮ 27 ਕਿੱਲੇ ਜ਼ਮੀਨ ਆ ਮੇਰੀ, ਜੇ ਮੇਰੀ ਜ਼ਮੀਨ ਹੈਗੀ ਆ ਮੈਨੂੰ ਲੈ ਦੇ, ਜੇ ਮੇਰੀ ਜ਼ਮੀਨ ਨਹੀਂ ਨਾ ਹੈਗੀ ਤਾਂ ਮੇਰੇ ਖਿਲਾਫ਼ 302 ਦਾ ਪਰਚਾ ਦੇ ਕੇ ਫਾਈਲ ਆ ਦੇ ਸਾਡੇ ਪੂਰੇ ਖਾਨਦਾਨ ਨੂੰ। ਮੈਂ ਡਾਕੂਮੈਂਟਸ ਤੁਹਾਨੂੰ ਦਿਖਾ ਦਿਆਂਗਾ। ਉਹਨਾਂ ਬੰਦਿਆਂ ਦੇ ਖਿਲਾਫ਼ ਅਸੀਂ ਪਰਚੇ ਵੀ ਕਟਾਏ, ਉਹਨਾਂ ਜ਼ਮਾਨਤਾਂ ਵੀ ਕਰਾਈਆਂ, ਉਹਨਾਂ ਸਾਡੇ ਕੋਲ ਮਾਫ਼ੀ ਵੀ ਮੰਗੀ ਕਿ ਭਾਅ ਜੀ ਸਾਡੀਆਂ ਜ਼ਮਾਨਤਾਂ ਕਰ ਅਸੀਂ ਜ਼ਮੀਨ ਦੇ ਦੇਣੇ। ਮੁੜ ਕੇ ਅਸੀਂ ਜ਼ਮੀਨ ਲੈਣ ਗਏ, ਫਿਰ ਅਸਲਾ ਸਿੱਧਾ ਕਰਕੇ ਖੜੇ ਹੋ ਗਏ, ਅਸੀਂ ਮੁੜ ਕੇ ਫਿਰ ਆ ਗਏ, ਅਸੀਂ ਨਹੀਂ ਲੜ ਸਕਦੇ, ਫਿਰ ਕਿਨਾਰਾ ਕਰ ਲਿਆ ਦੁਨੀਆਦਾਰੀ, ਫਿਰ ਝੁੱਗੀ ਅਤੇ ਖੋਤੀ ਰੇੜੀ ਅਤੇ ਭਾਂਡੇ, ਬਸ ਬੜੀ ਇੰਜੋਏਫੁੱਲ ਲਾਈਫ ਆ ਯਾਰ। ਅੱਛਾ ਜੀ, ਇਮਰਾਨ ਖਾਨ ਸਾਹਮਣੇ ਆ ਜਾਂਦੇ ਹੈ ਜੀ ਜੀ, ਤੋ ਅਚਾਨਕ ਸੇ ਕਿਆ ਫੀਲਿੰਗ ਹੋਗੀ, ਉਨਕੇ ਬਾਰੇ ਮੈਂ ਕਿਆ ਕਹਿਣਾ ਚਾਹੇਂਗੇ? ਫਿਲਹਾਲ ਤਾਂ ਉਹ ਜੇਲ੍ਹ ਮੇਂ, ਉਨਕੇ ਲਈ ਕੋਈ ਕਲਮਾਤ ਜੋ ਚੀਜ਼ ਆਪਣੇ ਕੋਲ ਤਿਆਰ ਕੀ ਉਹ ਸੁਣਾਇਆ? ਇਹ ਜਿਹੜੀ ਗੱਲ ਤੁਸੀਂ ਕੀਤੀ ਨਾ, ਫਿਲਹਾਲ ਜੇਲ੍ਹ 'ਚ ਨੇ ਅਤੇ ਕੋਈ ਐਸੀ ਗੱਲ ਨਹੀਂ। ਮੀਆਂ ਮੁਹੰਮਦ ਬਖਸ਼, ਮੀਆਂ ਮੁਹੰਮਦ ਬਖਸ਼ ਖੜੀ ਸ਼ਰੀਫ ਸਰਕਾਰ ਵਾਲਿਆਂ, ਉਹਨਾਂ ਲਿਖਿਆ ਇਮਰਾਨ ਖਾਨ ਸਾਹਿਬ ਨੂੰ ਡੈਡੀਕੇਟ ਕਰ ਰਹੇ ਹਾਂ, ਉਹਨਾਂ ਦੇ ਜਿੰਨੇ ਵੀ ਚਾਹਣ ਵਾਲੇ ਨੇ। ਕੀ ਹੋਇਆ ਜੇ ਮੈਂ ਕੈਦੀ ਹੋਇਆ, ਕੈਦੀ ਨੰਬਰ 804 ਹੋਇਆ। ਕੀ ਹੋਇਆ ਜੇ ਮੈਂ ਕੈਦੀ ਹੋਇਆ ਤੇ ਮੈਂ ਸਦਾ ਨਹੀਂ ਰਹਿਣਾ ਕੈਦੀ, ਇੱਕ ਦਿਨ ਮੌਲਾ ਕਰਮ ਕਮਾਣਾ ਤੇ ਮੈਂ ਆ ਕੌਮ ਵਿੱਚ ਬਹਿਣਾ। ਕਿਆ ਹਮ ਕੋਈ ਗੁਲਾਮ ਹੈ, ਅੱਗੋਂ ਅਸੀਂ ਕੌਮ ਕੀ ਕਹਿ ਰਹੇ ਹਾਂ, ਕਿਆ ਹਮ ਕੋਈ ਗੁਲਾਮ ਹੈ, ਕਿਆ ਹਮ ਕੋਈ ਗੁਲਾਮ ਹੈ, ਜੈਸਾ ਤੁਮ ਕਹੋਗੇ ਵੈਸਾ ਕਰ ਲੇ ਕਿਉਂ। ਉਹ ਇੱਕ ਸ਼ੇਰ ਆਖਰੀ ਮੈਂ ਤੁਹਾਨੂੰ ਸੁਣਾਵਾਂ ਕਿ ਹੋ ਨਾ ਕਰ ਬੰਦਿਆ ਮੇਰੀ ਮੇਰੀ, ਨਾ ਕਰ ਬੰਦਿਆ ਮੇਰੀ ਮੇਰੀ, ਤੇ ਨਾ ਤੇਰੀ ਨਾ ਮੇਰੀ ਚਾਰ ਦਿਨਾਂ ਦਾ ਸਾਥ ਓ ਰੱਬਾ, ਫਿਰ ਮਿੱਟੀ ਦੀ ਢੇਰੀ। ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਨਾਜ਼ਰ। ਮਹਿਮੂਦ ਕੀ ਆਪਨੇ ਗੁਫ਼ਤਗੂ ਸੁਣੀ? ਮਹਿਮੂਦ ਕੋ ਮੈਂ ਆਜ ਸਾਰਾ ਦਿਨ ਸੇ ਢੂੰਢਤਾ ਹੁਆ ਜੋ ਹੈ, ਅਚਾਨਕ ਇਸਕੇ ਪਾਸ ਪਹੁੰਚਾ ਹੂੰ ਤੋ ਆਜ ਮੁਝੇ ਜੋ ਦੇਖ ਕੇ ਮੰਦਰ, ਮੈਂ ਬਹੁਤ ਹੈਰਾਨ ਵੀ ਹੋਊਂ ਕਿ ਬਰਤਨ ਵੇਚ ਕੇ ਗੁਜ਼ਾਰਾ ਕਰਨੇ ਵਾਲਾ ਇਹ ਸ਼ਖਸ ਇੱਕ ਝੁੱਗੀ ਕੇ ਬਾਹਰ ਕਿਸ ਤਰ੍ਹਾਂ ਬੈਠਾ ਹੈ, ਔਰ ਇਤਨਾ ਬੜਾ ਟੈਲੈਂਟ ਹਮਾਰੇ ਪਾਕਿਸਤਾਨ ਮੇਂ ਮੌਜੂਦ ਹੈ ਕਿ ਆਪ ਸੁਣੇਂਗੇ ਤੋ ਹੈਰਾਨ ਰਹਿ ਜਾਏਂਗੇ। ਨਾ ਜਾਣੇ ਕੌਣ ਲੋਕ ਹੈ ਜੋ ਇਨਕੋ ਇਸ ਤਰੀਕੇ ਸੇ ਪ੍ਰਮੋਟ ਕਰੇ ਕਿ ਇਨਕੋ ਵੀ ਸੁਪਰ ਸਟਾਰਸ ਬਣਾਇਆ ਜਾਏ, ਜਿਸ ਤਰ੍ਹਾਂ ਅਰਸ਼ਦ ਨਦੀਮ ਕੋ ਵੀ ਸਟਾਰ ਬਣਾ ਦਿਆ ਗਿਆ, ਇਸੀ ਤਰੀਕੇ ਸੇ ਮਹਿਮੂਦ ਮੇਂ ਵੀ ਬਹੁਤ ਜ਼ਿਆਦਾ ਕੁਆਲਿਟੀਜ਼ ਹੈ ਔਰ ਸੁਖਵਿੰਦਰ ਸਿੰਘ ਕੋ ਲਾਈਕ ਵੀ ਕਰਤੇ ਹੈਂ, ਔਰ ਇਨਕੀ ਉਮੀਦ ਹੈ ਕਿ ਮੈਂ ਵੀ ਇੱਕ ਦਿਨ ਬੜਾ ਆਦਮੀ ਬਣੂੰਗਾ। ਹਮੇ ਜਾ ਦੀਜੀਏ, ਅੱਲਾ ਹਾਫਿਜ਼।